ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਦਾ ਹਰ ਵਾਰ ਦੀ ਤਰ੍ਹਾਂ ਇਸ ਹਫਤੇ ਵੀ ਸਾਡੇ ਖਾਸ ਪ੍ਰੋਗਰਾਮ ਬਾਲੀਵੁੱਡ ਤੜਕਾ ਚ ਬਹੁਤ ਬਹੁਤ ਸਵਾਗਤ ਹੈ। ਮੈਂ ਕੁਲਵਿੰਦਰ ਕੌਰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਰ ਹਾਂ ਲੈ ਕੇ ਫਿਰ ਤੋਂ ਇੱਕ ਨਵੀਂ ਫਿਲਮ ਦਾ ਰਿਵਿਊ। ਪਿਛਲੇ ਕਈ ਹਫ਼ਤਿਆਂ ਤੋਂ ਜਿਸ ਫਿਲਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ, ਆਖਿਰ ਫਿਲਮ ਭਲਵਾਨ ਸਿੰਘ ਦੁਨੀਆ ਭਰ ਦੇ ਸਿਨੇਮਾ ਪ੍ਰੇਮੀਆਂ ਦੇ ਰੂਬਰੂ ਹੋਈ ਗਈ ਹੈ। ਫਿਲਮ ਦਾ ਨਿਰਮਾਣ ਉਹਨਾਂ ਦਿਨ ਬੈਨਰਾ ਹੇਠ ਕੀਤਾ ਗਿਆ ਜਿਨ੍ਹਾਂ ਦੀ ਅੱਜ ਤੱਕ ਹਰ ਫਿਲਮ ਨੇ ਕਾਮਯਾਬੀ ਦੇ ਝੰਡੇ ਗੱਡੇ ਨੇ। ਰਿਦਮ ਬੋਇਜ਼ ਐਂਟਰਟੇਨਮੈਂਟ, ਨਦਰ ਫਿਲਮ ਅਤੇ ਜੇ ਸਟੂਡੀਓ ਨੇ ਇਹ ਫਿਲਮ ਮਿਲ ਕੇ ਤਿਆਰ ਕੀਤੀ ਹੈ। ਇਸ ਫਿਲਮ ਦੀ ਕਹਾਣੀ ਸੁਖਰਾਜ ਸਿੰਘ ਵੱਲੋਂ ਲਿਖੀ ਗਈ ਹੈ ਤੇ ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ। ਪਿਆਰੇ ਦਰਸ਼ਕੋ, ਤੁਹਾਨੂੰ ਵੀ ਦੱਸ ਦਈਏ ਕਿ ਹਰ ਥਾਂ ਇਸ ਫਿਲਮ ਦੇ ਪ੍ਰਚਾਰ ਦੀ ਧੁੰਮ ਪਈ ਹੋਈ ਹੈ। ਪੰਜਾਬੀਆਂ ਦੇ ਹਰ ਦਿਲ ਅਜ਼ੀਜ਼ ਗਾਇਕ ਰਣਜੀਤ ਬਾਵਾ ਨੇ ਫਿਲਮ 'ਚ ਬਤੌਰ ਹੀਰੋ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਨੇ ਤੇ ਉਹਨਾਂ ਦਾ ਸਾਥ ਦਿੱਤਾ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਮਾਨਵ ਵਿੱਚ ਰਾਣਾ ਜੰਗ ਬਹਾਦਰ, ਮਹਾਵੀਰ ਸਿੰਘ ਭੁੱਲਰ ਅਤੇ ਹੋਰ ਕਲਾਕਾਰਾਂ ਨੇ। ਫਿਲਮ ਦਾ ਸੰਗੀਤ ਗੁਰਮੋਦਾ ਹੈ ਅਤੇ ਗੀਤ ਬੀਰ ਸਿੰਘ ਦੇ ਹਨ। ਲਓ ਜੀ, ਫਿਰ ਹੁਣ ਗੱਲ ਕਰਦੇ ਹਾਂ ਫਿਲਮ ਦੀ ਕਹਾਣੀ ਦੀ। ਇਹ ਫਿਲਮ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੀ ਬਾਤ ਪਾਉਂਦੀ ਹੈ। ਫਿਲਮ ਵਿੱਚ ਗੋਰੀ ਸਰਕਾਰ ਖਿਲਾਫ ਲੜਨ ਵਾਲੇ ਲੋਕਾਂ ਦਾ ਜਜ਼ਬਾ ਬਾਖੂਬ ਪੇਸ਼ ਕੀਤਾ ਗਿਆ। ਫਿਲਮ ਦੱਸਦੀ ਹੈ ਕਿ ਕਿਸੇ ਨੂੰ ਵੀ ਛੋਟਾ ਜਾਂ ਘੱਟ ਹਿੰਮਤੀ ਨਹੀਂ ਸਮਝਣਾ ਚਾਹੀਦਾ, ਲੋੜ ਪੈਣ ਤੇ ਕੋਈ ਵੀ ਕੁਝ ਵੀ ਕਰ ਸਕਦਾ ਹੈ। ਦੱਸਦੀ ਹੈ ਕਿ ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਹੀ ਕੀਤੀ ਗਈ ਹੈ। ਫਿਲਮ ਦੇ ਸਾਰੇ ਗੀਤ ਬਾ ਕਮਾਲ ਹਨ, ਜਿਨ੍ਹਾਂ ਨੂੰ ਲਗਾਤਾਰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਪੁਰਾਣੇ ਪੰਜਾਬ ਦੀ ਪੇਸ਼ਕਾਰੀ ਹੈ। ਫਿਲਮ 'ਚ ਉਹ ਦ੍ਰਿਸ਼ ਦਿਖਾਏ ਗਏ ਨੇ ਜਿਹੜੇ ਕਿ ਅੱਜ ਦੇ ਸਮੇਂ 'ਚ ਪੂਰੀ ਤਰ੍ਹਾਂ ਅਲੋਪ ਹੋ ਚੁੱਕੇ ਨੇ। ਸੋ ਜਾਓ ਤੇ ਵੀਕਐਂਡ ਬਣਾਓ, ਬੱਚਿਆਂ ਨੂੰ ਵੀ ਲੈ ਕੇ ਜਾਓ ਤੇ ਬਜ਼ੁਰਗਾਂ ਨੂੰ ਵੀ ਫਿਲਮ ਦਿਖਾਓ। ਫਿਲਮ ਵਾਕਿਆ ਹੀ ਪਰਿਵਾਰ 'ਚ ਦੇਖਣ ਵਾਲੀ ਹੈ, ਸੋ ਫਿਲਮ ਨੂੰ ਜ਼ਰੂਰ ਦੇਖਣਾ ਚਾਹੀਦਾ। ਅਗਲੇ ਹਫ਼ਤੇ ਫਿਰ ਤੋਂ ਹਾਜ਼ਰ ਹੋਵਾਂਗੇ ਲੈ ਕੇ ਨਵੀਂ ਫਿਲਮ ਦਾ ਰਿਵਿਊ। ਤਦ ਤੱਕ ਤੁਸੀਂ ਦੇਖਦੇ ਰਹੋ ਸਪੋਕਸਮੈਨ ਟੀਵੀ।